ਸਲਵਾਕੀਆ ਸ਼ੈਂਗਨ ਕੰਟਰੀਜ਼ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਲੋ ਅਪਾਇੰਟਮੈਂਟਸ ਅਵੇਲੇਬਲ ਨੇ ਜੀ 9 10 11 12 16 17 18 22 23 24 26 ਤੇ 30 31 ਠੀਕ ਹੈ ਇੱਥੇ ਸਕਰੀਨਸ਼ਾਟ ਵੀ ਤੁਸੀਂ ਨਾਲ ਦੇਖ ਰਹੇ ਹੋ ਇਹ ਵੀਐਫਐਸ ਗਲੋਬਲ ਦੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਅਵੇਲੇਬਲ ਹੈਗੀਆਂ ਨੇ ਸਲਵਾਕੀਆ ਕੰਟਰੀ ਦੀਆਂ ਠੀਕ ਹੈ ਜੀ ਤੁਹਾਨੂੰ ਮੈਂ ਲਾਈਵ ਵੀ ਦਿਖਾ ਦੇਣਾ ਤੇ ਇਹ ਨਾ ਸੋਚੋ ਤੁਸੀਂ ਦਿਮਾਗ 'ਚ ਕਿ ਆਪਦੇ ਵਾਲੇ ਭੁਗਾਈ ਮਾਰੀ ਜਾਂਦਾ ਪਤਾ ਨਹੀਂ ਕਿੱਥੋਂ ਡੇਟਸ ਲੈ ਕੇ ਆਂਦਾ ਪਿਆ ਤੁਹਾਨੂੰ ਦਿਖਾ ਦੇਣਾ ਲਾਈਵ ਵੀ ਠੀਕ ਹੈ ਅਵੇਲੇਬਲ ਹੈਗੀਆਂ ਨੇ ਤੇ ਸਲਵਾ ਜ਼ਰੂਰ ਦੇਖ ਲਿਆ ਜੀ ਬਹੁਤ ਜ਼ਰੂਰੀ ਵੀਡੀਓ ਹੈਗੀ ਹੈ ਤੇ ਇਹਦੇ ਵਿੱਚ ਦੱਸਣਾ ਹੈ ਕਿ ਜਿਹੜੇ ਕਤਲ ਹੋ ਗਏ ਨੇ ਇੱਥੇ ਠੀਕ ਹੈ ਪੁਲਿਸ ਵਾਲਿਆਂ ਨੇ ਫੜ ਲਿਆ ਲੋਕਾਂ ਨੂੰ ਇੱਥੇ ਇੰਨੀ ਕੁ ਜ਼ਿਆਦਾ ਸਖਤਾਈ ਹੋਈ ਪਈ ਹੈ ਤੇ ਪੰਜਾਬੀ ਭਰਾਵੋ ਸੰਭਲ ਜੋ ਸੰਭਲ ਜੋ ਨਾ ਆਵੋ ਇਸ ਟਾਈਮ ਤੇ ਠੀਕ ਹੈ ਸਰਬੀਆ ਸਰਬੀਆ ਡੰਕੇ ਡੰਕਿਆ ਲਾ ਕੇ ਨਾ ਹੱਥ ਜੋੜ ਕੇ ਰਿਕਵੈਸਟ ਹੈ ਜੀ ਤੇ ਹਮੇਸ਼ਾ ਦੀ ਤਰ੍ਹਾਂ ਯਾਰ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੇ ਪੂਰਾ ਨਹੀਂ ਦੇਖਦੇ ਨਾ ਤੁਸੀਂ ਬਾਅਦ ਚ ਸੇਮ ਕੁਐਸਚਨ ਤੁਸੀਂ ਮੈਨੂੰ ਮੈਸੇਜ ਕਰ ਦਿੰਦੇ ਹੋ ਕਿ ਭਾਜੀ ਇਹ ਆਹ ਦੱਸ ਦੋ ਠੀਕ ਹੈ ਉਹੀ ਗੱਲਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੀਆਂ ਹੁੰਦੀਆਂ ਤੇ ਜਦੋਂ ਤੁਸੀਂ ਵੀਡੀਓ ਨੂੰ ਪੂਰਾ ਦੇਖਦੇ ਹੋ ਨਾ ਤੇ ਮੈਨੂੰ ਵੀ ਮੋਟੀਵੇਸ਼ਨ ਮਿਲਦਾ ਹੈ ਕਿਉਂਕਿ ਵੀਡੀਓ ਜਿਹੜੀ ਗਰੋ ਨਹੀਂ ਹੁੰਦੀ ਤੁਸੀਂ ਉੱਥੇ ਹੀ ਛੱਡ ਕੇ ਚਲੇ ਜਾਂਦੇ ਹੋ ਫਿਰ ਮੇਰਾ ਜਿੰਨਾ ਹਾਰਡਵਰਕ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਜੀ ਰਾਤੀ 2:00 ਵਜੇ ਤੱਕ ਮੈਂ ਤੁਹਾਡੇ ਵਾਸਤੇ ਅਪਾਇੰਟਮੈਂਟਸ ਲੱਭ ਕੇ ਤੁਹਾਨੂੰ ਇੱਕ ਚੰਗੀ ਇਨਫੋਰਮੇਸ਼ਨ ਦਿਨਾ ਪਿਆ YouTube ਤੇ ਕੋਈ ਵੀ ਇਦਾਂ ਦੀ फ एस ग्लोबल की वैबसाइट पर जाना है ठीक है बुक एंड अपॉइंटमेंट से जाओगे बुक नाउ से क्लिक करना आपका ठीक है जो आप बुक नाउ से क्लिक करेंगे तो आप नैक्स पेज से लैके गए स्टार्ट नाउ बुकिंग से जाना ठीक है न्यू दिल्ली से अपॉइंटमेंट्स अवेलेबल नहीं सो तो मैं मुंबई दिखाना डायरेक्टली ठीक है जी शॉर्ट टर्म एंड उस विस्टर वीज़ा ठीक है जी विस्टर वीजा या टूरिस्ट वीज़ा दोनों से जो मर्जी सिलेक्ट कर लिया जी अवेलेबल ने डेट्स ਠੀਕ ਹੈ ਜਦੋਂ ਆਪਾਂ ਕਲਿੱਕ ਕਰਾਂਗੇ ਉੱਥੇ ਦਿਖਾਤਾ ਕਿ ਅਰਲੀਐਸਟ ਜਿਹੜੀ ਆਪਾਂ ਨੂੰ 9 ਅਗਸਤ ਦੀ ਪਈ ਹੈ ਜੀ ਤੇ ਆਪਾਂ ਇਹਨੂੰ ਕੰਟੀਨਿਊ ਕਰ ਦਾਂਗੇ ਸੋ ਜਿੱਦਾਂ ਆਪਾਂ ਕੰਟੀਨਿਊ ਕਰਾਂਗੇ ਤੇ ਇਹ ਆਪਾਂ ਨੂੰ ਪੂਰੇ ਮਹੀਨੇ ਦੀ ਜਿਹੜੀ ਸਾਰੀ ਡਿਟੇਲਸ ਹੈਗੇ ਨਾ ਉਹ ਸਾਰੀਆਂ ਆਪਾਂ ਨੂੰ ਪਤਾ ਲੱਗ ਜਾਣਗੀਆਂ ਤੁਹਾਨੂੰ ਮੈਂ ਦਿਖਾਉਣਾ ਹੁਣੇ ਸੋ ਮੈਂ ਕੰਟੀਨਿਊ ਕੀਤਾ ਕੰਟੀਨਿਊ ਕਰਨ ਤੋਂ ਬਾਅਦ ਹੋਰ ਆਪਾਂ ਨੈਕਸਟ ਪੇਜ ਤੇ ਲੈ ਕੇ ਜਾਏਗਾ ਠੀਕ ਹੈ ਇੱਥੇ ਆਪਾਂ ਆਪ ਦਾ ਜਿਹੜਾ ਸਾਰੀਆਂ ਡਿਟੇਲਸ ਭਰਨੀਆਂ ਨੇ ਉਹ ਮੈਂ ਤੁਹਾਨੂੰ ਦੱਸਦਾ ਹੁਣੇ ਠੀਕ ਹੈ ਆਪਦਾ ਨਾਮ ਮੇਰਾ ਨਾਮ ਸਰਬਜੋਤ ਹੋ ਗਿਆ ਠੀਕ ਹੈ ਜੀ ਸਰਬਜੋਤ ਸਿੰਘ ਆ ਜਾਏਗਾ ਜੈਂਡਰ ਮੇਲ ਆਫਕੋਰਸ ਹਾਂਜੀ ਡੇਟ ਆਫ ਬਰਥ 1 ਫਰਵਰੀ 1999 ਹੈ ਮੇਰੀ ਜੀ ਸੋ ਆਪਾਂ ਇੱਥੇ ਭਰ ਦਿੰਨੇ ਆ ਠੀਕ ਹੈ ਜੀ ਐਮਐਮ ਇੱਥੇ ਫੇਕ ਭਰਨ ਲਗਾ ਐਂਡ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਨੈਸ਼ਨੈਟੀ ਇੰਡੀਅਨ ਹੈਗੀ ਆ ਆਪਾਂ ਜੀ ਠੀਕ ਹੈ ਆਪਾਂ ਇੰਡੀਆ ਭਰਾਂਗੇ ਇੱਥੇ ਸੋ ਇੰਡੀਆ ਭਰ ठीक है जो भी तुडा फोन नंबर लिखना है पासपोर्ट नंबर वगैरह लिखना है सॉरी पासपोर्ट नंबर लिखना है ठीक है पासपोर्ट नंबर फेक लिखता मैं अपना डेट ए एक्सपायरी डेट लिखती ठीक है जी ये भी मैं फेक लिखती ठीक है जी सो थोड़ा कंटिन्यू जल्दी हो जाएगा एंड फोन नंबर लिख दो आपका जो भी तो फोन नंबर हैगा ठीक है 91 ਅਗੇ ਵਿਕਰਮ ਪਰ ਮੈਂ ਲਿਖਤਾ ਐਜਾ ਤੁਹਾਨੂੰ ਐਗਜ਼ਾਮਪਲ ਦਿਨ ਵਸੇ ਈਮੇਲ ਆਈਡੀ ਮੇਰੀ ਆਪਦੀ ਪਰਸਨਲ ਹੈ ਸੋ ਸੇਵ ਕੀਤੀ ਸੇਵ ਕਰਨ ਤੋਂ ਬਾਅਦ ਨੈਕਸਟ ਅਗੇ ਦੇਖਦੇ ਆਪਾਂ ਨੂੰ ਅਪਾਇੰਟਮੈਂਟਸ ਦੱਸੇਗਾ ਕਿਹੜੇ ਕਿਹੜੀਆਂ ਅਵੇਲੇਬਲਸ ਹੈਗੀਆਂ ਨੇ ਅਗਸਤ ਦੇ ਮਹੀਨੇ ਦੇ ਵਿੱਚ ਸੋ ਹੁਣ ਅਗੇ ਆਪਾਂ ਅਗਸਤ ਦੇ ਮਹੀਨੇ ਚ ਅਪਾਇੰਟਮੈਂਟਸ ਦੇਖਦੇ ਆਂ ਜੀ ਸੋ ਇਹਨਾਂ ਨੇ 995 ਰੁਪਏ ਲੈਣੇ ਆ ਤੁਹਾਡੇ ਕੋਲ ਅਪਾਇੰਟਮੈਂਟਸ ਦੇ ਜੀ ਸੋ ਆਗੇ ਆਪਾਂ ਕੰਟੀਨਿਊ ਕੰਟੀਨਿਊ ਕੀਤਾ ਤੇ ਆ ਅਵੇਲੇਬਲਸ ਨੇ ਅਗਸਤ ਦੇ ਵਿੱਚ 9 10 11 12 16 17 18 22 23 24 26 ਸੋ ਲਾਈਵ ਤੁਸੀਂ ਦੇਖ ਲਿਆ ਕਿ ਅਪਾਇੰਟਮੈਂਟ ਸੱਚੀ ਅਵੇਲੇਬਲ ਹੈਗੀਆਂ ਨੇ ਠੀਕ ਹੈ ਜਾ ਕੇ ਬੁੱਕ ਕਰ ਸਕਦੇ ਹੋ ਨਹੀਂ ਬੁੱਕ ਕਰਨੀਆਂ ਦੀ ਹੈ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ ਭਾਜੀ ਪੂਰੀ ਵੀਡੀਓ ਦੱਸ ਦੋ ਲੌਗ ਇਨ ਕਰਕੇ ਠੀਕ ਹੈ ਅਪਾਇੰਟਮੈਂਟਸ ਕਿੱਦਾਂ ਕਿੱਥੇ ਪਈਆਂ ਨੇ ਬੁੱਕ ਕਿਵੇਂ ਕਰਨੀਆਂ ਨੇ ਇਹਦੀ ਵੀਡੀਓ ਆਪਾਂ ਡੈਡੀਕੇਟ ਇੱਕ ਵੱਖਰੀ ਬਣਾ ਦਾਂਗੇ ਇਹਦੇ ਆਸਤੇ ਤੁਸੀਂ ਪਹਿਲਾਂ ਵੀਡੀਓ ਨੂੰ ਪਿਆਰ ਕਰੋਗੇ ਤਾਂ ਜ਼ਰੂਰ ਮੈਂ ਵੀਡੀਓ ਨੂੰ ਵਸੇ ਉਹ ਸ਼ੇਪ ਜਿਹੜੀ ਦੂਜੀ ਵੀਡੀਓ ਹੈਗੀ ਉਹ ਸ਼ੇਅਰ ਕਰਾਂਗਾ ਵੀਡੀਓ ਰੈਡੀ ਹੈ ਡੋਂਟ ਵਰੀ ਵੀਡੀਓ ਲੈਪਟਾਪ 'ਚ ਪਈ ਹੋਈ ਹੈ ਬਸ ਅਪਲੋਡ ਕਰਨੀ ਹੈ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਟ੍ਰੈਵਲ ਕਰ ਸਕਦੇ ਹੋ इजीली ਤੇ ਇਸ ਕੰਟਰੀ ਦੇ ਵਿੱਚ ਸਕਸੈਸ ਰੇਟ ਬਹੁਤ ਵਧੀਆ ਚੱਲ ਰਿਹਾ 2022 ਦਾ ਠੀਕ ਹੈ ਜੀ ਅਗਰ ਤੁਹਾਡੇ ਕੋਲ ਟ੍ਰੈਵਲ ਹਿਸਟਰੀ ਹੈਗੀ ਹੈ ਤਿੰਨ ਚਾਰ ਕੰਟਰੀ ਤੁਸੀਂ ਘੁੰਮੇ ਹੋ ਆਈ ਮੀਨ ਦੁਬਈ ਸਰਬੀਆ ਜਾਂ ਆਪਣੇ ਤੁਹਾਡੇ ਸਿੰਗਾਪੂਰ ਥਾਈਲੈਂਡ ਮਲੇਸ਼ੀਆ ਇਦਾਂ ਦੀਆਂ ਕੰਟਰੀਆਂ ਤੁਸੀਂ ਏਸ਼ੀਅਨਸ ਕੰਟਰੀਆਂ ਜਿਹੜੀਆਂ ਘੁੰਮੀਆਂ ਨੇ ਜਾਂ ਇੱਕ ਅੱਧੀ ਯੂਰੋਪੀਅਨ ਕੰਟਰੀ ਘੁੰਮੀ ਹੈ ਤਾਂ ਡੈਫੀਨੇਟਲੀ ਉਹ ਤੁਹਾਨੂੰ ਵੀਜ਼ਾ ਦੇਣਗੇ ਜੀ ਬਟ ਸਟਿਲ ਪਾਸਪੋਰਟ ਦੀ ਨਾਰਮਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਫੋਟੋਆਂ ਤੁਹਾਡੇ ਕੋਲ ਨਵੀਆਂ ਹੋਣੀਆਂ ਚਾਹੀਦੀ ਨੇ ਸ਼ੈਂਗਨ ਵੀਜ਼ਾ ਐਪਲੀਕੇਸ਼ਨ ਫਾਰਮ ਉਹ ਤੁਹਾਨੂੰ ਮੈਂ ਸਿਖਾਇਆ ਹੋਇਆ ਹੈ ਚੰਗੀ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਸਿਖਾਇਆ ਹੋਇਆ ਦੇਖ ਲਓ ਜਾ ਕੇ ਵੀਡੀਓ ਠੀਕ ਹੈ ਜੀ ਤੇ ਗੱਲ ਹੈ ਮੇਨ ਹੁਣ ਆਪਣੀ ਗੱਲ ਹੁੰਦੀ ਹੈ ਫਾਈਨੈਂਸ਼ੀਅਲ ਡਾਕੂਮੈਂਟਸ ਕਿਉਂ ਜਿੰਨਾ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਹੈ ਗੱਲ ਹੈ ਉਸ ਤੋਂ ਬਾਅਦ ਦੀ ਆਈਟਨਰੀ ਦੀ ਇਹਦੇ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਹੈ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਕਵਰਿੰਗ ਲੈਟਰ ਇਹਦੇ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਹੈ ਹੋਟਲ ਬੁਕਿੰਗ ਆ ਟ ਗੱਲ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਗੱਲ ਕਰਨੀ ਹੈ ਤਿੰਨ ਡਾਕੂਮੈਂਟਸ ਦੀ ਤੁਹਾਡੀ ਆਪਣੇ ਜਿਹੜਾ ਹੋ ਗਿਆ ਤੁਹਾਡੇ ਆਈਟਿਨਰੀ ਦੇ ਬਾਰੇ ਆਈਟੀਆਰ ਦੇ ਬਾਰੇ ਐਂਡ ਤੁਹਾਡੇ ਜਿਹੜੇ ਸੇਵਿੰਗ ਫਾਈਨੈਂਸ਼ੀਅਲ ਸਟੇਟਸ ਦੇ ਬਾਰੇ ਠੀਕ ਹੈ ਤੁਹਾਡਾ ਬੈਂਕ ਸਟੇਟਮੈਂਟ ਇਦਾਂ ਦੇ ਸਟੇਬਲ ਹੋਣਾ ਚਾਹੀਦਾ ਹੈ ਤੁਹਾਡੀ ਸੈਲਰੀ ਜਿਹੜੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਪ੍ਰੋਪਰ ਜਿਹੜੀ ਵੀ ਤਰੀਕ ਨੂੰ ਆਉਂਦੀ ਹੈ ਪਹਿਲੇ ਹਫਤੇ ਆਉਂਦੀ ਦੂਜੇ ਹਫਤੇ ਆਉਂਦੀ ਜਿਹੜੀ ਵੀ ਤਰੀਕ ਨੂੰ ਆਉਂਦੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਉਨੀ ਸੈਲਰੀ ਆ ਗਈ ਮੰਨ ਲਓ 35000 ਰੁਪਏ ਤੁਹਾਡੀ ਸੈਲਰੀ ਆ ਰਹੀ ਹੈ 35 ਦੇ ਵਿੱਚ ਤੁਸੀਂ 10000 ਰੁਪਏ ਐਂਡ ਆਫ ਦਾ ਮੰਥ ਤੁਹਾਡੇ ਕੋਲ ਐਂਡ ਦੀ ਸੈਲਰੀ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਅਕਾਊਂਟ ਦੇ ਵਿੱਚ 20-25000 ਰੁਪਏ ਫਿਰ ਬਚ ਗਿਆ ਉਹ ਸੇਵਿੰਗ ਹੋ ਗਈ ਤੁਹਾਡੀ ਠੀਕ ਹੈ ਜੀ ਫਿਰ ਇਮੀਗ੍ਰੇਸ਼ਨ ਜਦੋਂ ਤੁਹਾਡੇ ਬੈਂਕ ਸਟੇਟਮੈਂਟ ਨੂੰ ਦੇਖਦਾ ਜਿਵੇਂ ਮੈਂ ਲਾਸਟ ਵੀਡੀਓ ਚ ਦਿਖਾਇਆ ਸੀ ਮੇਰੀ ਬੈਂਕ ਸਟੇਟਮੈਂਟ ਕਿਦਾਂ ਹੈ ਮੈਂ ਕਿਵੇਂ ਮੇਨਟੇਨ ਕਰਦਾ ਸੋ ਜਿੰਦੇ ਨਾਲ ਮੇਰੇ ਸ਼ੈਂਗਨ ਵੀਜ਼ਾ ਅਪਲਾਈ ਹੋਏ ਨੇ ਠੀਕ ਹੈ ਮੈਂ ਆਪਣੇ ਟੂਰਿਸਟ ਵੀਜ਼ਾ ਲਏ ਨੇ ਹੁਣ ਮੈਂ ਯੂਕੇ ਦੀ ਫਾਈਲ ਲਗਾਈ ਹੈ ਉਹ ਵੀ ਮੈਂ ਤੁਹਾਨੂੰ ਫਾਈਲ ਦਿਖਾਤੀ ਮੈਂ ਮੇਰੀ ਬੈਂਕ ਸਟੇਟਮੈਂਟ ਕਿਵੇਂ ਹੋएगी ਤੁਹਾਡੇ ਨਾਲ ਠੀਕ ਹੈ ਨਾ ਉਵੇਂ ਹੀ ਤੁਸੀਂ ਆਪਣੀ ਬੈਂਕ ਸਟੇਟਮੈਂਨ ਨੂੰ ਮੇਨਟੇਨ ਕਰਨਾ ਹੈ 6 ਮਹੀਨੇ ਦੀ ਬੈਂਕ ਸਟੇਟਮੈਂਟ ਹੋਵੇ ਤੁਹਾਡੀ ਸੈਲਰੀ ਪਰਟੀਕੂਲਰ ਆਵੇ ਠੀਕ ਹੈ ਐਂਡ ਤੇ ਤੁਹਾਡੇ ਕੋ 20-25000 ਰੁਪਏ ਦੀ ਸੇਵਿੰਗ ਨਾਲ ਚਲਦੀ ਰਹੇ ਉਹ 6 ਮਹੀਨੇ ਕਰਦੇ 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 ਤੁਹਾਡੇ ਅਕਾਊਂਟ 'ਚ ਪਹਿਲਾਂ ਵੀ ਪੈਸੇ ਹੋਣੇ ਆ ਸੇਵਿੰਗ ਦੇ ਵਿੱਚ ਠੀਕ ਹੈ ਉਹ ਪਲੱਸ ਤੁਹਾਡੇ 6 ਮਹੀਨੇ ਦੀ ਸਟੇਟਮੈਂਟ ਨਾਲ ਇਕੱਠੀ ਹੋ ਕੇ ਹੋ ਕੇ ਉਹ ਸਾਢੇ 3-4 ਲੱਖ ਰੁਪਏ ਦੀ ਸਾਢੇ ਕੋ 4 ਲੱਖ ਰੁਪਏ ਦੀ ਉਹਦੇ ਬੈਂਕ ਸਟੇਟਮੈਂਟ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰ ਲਓ ਇਹ ਤੁਹਾਡੀ ਬੈਂਕ ਸਟੇਟਮੈਂਟ ਹੈ ਪ੍ਰੋਪਰ ਤਰੀਕੇ ਨਾਲ ਮੇਨਟੇਨ ਇਹ ਨਹੀਂ ਦੀ ਗਲਤੀ ਹੈ ਜੀ ਕਈ ਲੋਕੀ ਸੋਚਦੇ ਆ ਕਿ ਹਾਂਜੀ ਮੈਂ ਪੈਸਾ ਯਾਰ ਬੈਲੀ ਨੂੰ ਲੈ ਕੇ ਡਿਪੋਜ਼ਿਟ ਕਰਾ ਦੇਣਾ ਠੀਕ ਹੈ ਉਹਨੂੰ ਕਹਿ ਦੇਣਾ ਫਿਰ ਕਢਾ ਲੈ ਠੀਕ ਹੈ ਜਾਂ ਐਵੇਂ ਆਪਣੇ ਫਰੈਂਡ ਨੂੰ ਕਹਿਤਾ ਕਿ ਹਾਂਜੀ ਤੂੰ ਬੈਂਕ ਚ ਪੈਸਾ ਸੈਂਡ ਕਰ ਦੇ ਠੀਕ ਹੈ ਮੇਰੀ ਇੱਕ ਟ੍ਰਾਂਜੈਕਸ਼ਨ ਬਣ ਜੇਗੀ ਇਹ ਵੀ ਬਿਲਕੁਲ ਗਲਤ ਹੈ ਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸਿਰਫ ਵੀਜ਼ਾ ਲੈਣ ਦੇ ਚੱਕਰਾਂ ਦੇ ਵਿੱਚ ਹੈਗੇ ਨੇ ਹੋਰ ਕੁਝ ਨਹੀਂ ਹੈਗਾ ਪ੍ਰੋਪਰ ਮੇਨਟੇਨ ਕਰੋ ਦੈਟਸ ਇਟ ਤੁਹਾਡਾ ਵੀਜ਼ਾ ਕੋਈ ਨਹੀਂ ਰੋਕ ਸਕਦਾ ਬੈਂਕ ਸਟੇਟਮੈਂਟ ਆਈ ਹੋਪ ਤੁਹਾਨੂੰ ਬੜੇ ਕਲੀਅਰ ਨਾਲ ਸਮਝ ਆ ਗਈ ਦੂਸਰੀ ਗੱਲ ਤੇ ਆਪਾਂ ਗੱਲ ਕਰਦੇ ਆ ਜੀ ਤੁਹਾਡੀ ਆਈਟ ਕੋਈ ਫੋਟੋ ਆਣੀ ਲਾਣੀ ਆ ਕਿ ਕੁਝ ਨਹੀਂ ਲਾਣੀ ਆ ਠੀਕ ਹੈ ਉੱਪਰ ਲਿਖਣਾ ਸਲਵਾਕੀਆ ਜਿਹੜੇ ਟੂਰਿਸਟ ਵੀਜ਼ਾ ਦੀ ਆਈਟਿਨਰੀ ਠੀਕ ਹੈ ਦੈਟਸ ਇਟ ਇਨੀ ਕੋ ਇੱਕ ਲਾਈਨ ਲਿਖਣੀ ਹੈ ਟਾਈਟਲ ਜਿਹੜਾ ਹੁੰਦਾ ਹੈ ਡੇਟ ਲਿਖਣੀ ਹੈ ਠੀਕ ਹੈ ਮੈਂ ਤੁਸੀਂ ਮੇਰੀ ਲਾਸਟ ਵੀਡੀਓ ਚ ਦੇਖ ਲਓ ਜਾਂ ਵੈਬਸਾਈਟ ਤੇ ਚਲੇ ਜਾਏ ਲਿੰਕ ਤੁਹਾਨੂੰ ਮਿਲ ਜੇਗਾ schengenvisa.com ਉੱਥੇ ਤੁਹਾਨੂੰ ਆਇਟਰਨਰੀ ਵੀ ਮਿਲ ਜੇਗੀ ਠੀਕ ਹੈ ਉਹਨੂੰ ਦੇਖੋਗੇ ਡੇਟ ਲਿਖਣੀ ਹੈ ਤਾਂ ਅਸੀਂ ਕਿਹੜੇ ਕਿਹੜੇ ਜਗ੍ਹਾ ਤੇ ਜਾਣਾ ਹੈ ਥੈਟਸ ਇਟ ਬਸ ਫਿਰ ਦੂਜੀ ਡੇਟ ਦੂਜਾ ਦਿਨ ਤੀਜਾ ਮਤਲਬ 6 ਤੋਂ ਬਾਅਦ ਤੋਂ ਬਾਅਦ 6 ਦਿਨ 7 ਦਿਨ 7 ਦਿਨ ਤੋਂ ਜ਼ਿਆਦਾ ਤੁਸੀਂ ਆਪਣੀ ਸਟੇ ਨਹੀਂ ਰੱਖਣਾ ਇੱਕ ਕੰਟਰੀ ਦੇ ਵਿੱਚ ਜੇ ਦੋ ਕੰਟਰੀਆਂ ਚ ਤੁਸੀਂ ਟਰੈਵਲ ਕਰਨਾ ਹੈ ਨਾ ਤਾਂ ਤੁਹਾਡਾ ਬਜਟ ਵੀ ਹਾਈ ਹੋਣਾ ਚਾਹੀਦਾ ਤੁਹਾਡੀ ਸੈਲਰੀ ਵੀ ਹਾਈ ਹੋਣੀ ਚਾਹੀਦੀ ਹੈ ਸੋ ਹਮੇਸ਼ਾ ਰਿਜੈਕਸ਼ਨ ਦਾ ਕ ਮਰਜੀ ਉਸ ਚੀਜ਼ ਦਾ ਫਾਇਦਾ ਫਿਰ ਚੱਕਦੇ ਆ ਕਿਉਂਕਿ ਤੁਹਾਨੂੰ ਪਤਾ ਤੁਹਾਡਾ ਮੋਟਿਵ ਅਸੀਂ ਜਾਣੇ ਜਾਣੇ ਕੱਢ ਦੋ ਜਿੱਦਾਂ ਮਰਜੀ ਪਰ ਨਹੀਂ ਠੀਕ ਹੈ ਪੈਸਾ ਬਹੁਤ ਹੋ ਗਿਆ ਓਖਾ ਕਮਾਣਾ ਠੀਕ ਹੈ ਇਹਨੂੰ ਵੇਸਟ ਨਾ ਕਰੋ ਜੇ ਕਿਸੇ ਵੀ ਏਜੰਟ ਕੋਲ ਜਾ ਰਹੇ ਹੋ ਠੀਕ ਹੈ ਤੁਹਾਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਉਹਨਾਂ ਦੀ ਗੱਲਾਂ ਨੂੰ ਸਮਝ ਸਕੋ ਕਿ ਝੂਠ ਬੋਲ ਰਿਹਾ ਹੈ ਜਾਂ ਸੱਚ ਬੋਲ ਰਿਹਾ ਹੈ ਤੁਹਾਡੇ ਨਾਲ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਆਈਟਨਰੀ ਦੇ ਵਿੱਚ ਜਿਵੇਂ ਗੱਲ ਕੀਤੀ ਕਿ ਤੁਹਾਡੇ ਪ੍ਰੋਪਰ ਤਰੀਕੇ ਨਾਲ ਤੁਹਾਡੀ ਆਈਟਨਰੀ ਹੋਵੇ ਤੇ ਇੱਕ ਕੰਟਰੀ ਨੂੰ ਹੀ ਟਰੈਵਲ ਵਿਜ਼ਿਟ ਕਰੋ ਵੱਧ ਤੋਂ ਵੱਧ ਦੋ ਕੰਟਰੀਆਂ ਨੂੰ ਟਰੈਵਲ ਕਰੋ ਅਗਰ ਤੁਹਾਡਾ ਬਜਟ ਹਾਈ ਹੈਗਾ ਤੁਹਾਡੇ ਬੈਂਕ ਦੇ ਵਿੱਚ 6-7 ਲੱਖ ਰੁਪਏ ਵਧੀਆ ਸੇਵਿੰਗ ਕੀਤੀ ਹੈ ਤੁਹਾਡੀ 40 ਤੋਂ 50 ਹਜ਼ਾਰ ਰੁਪਏ ਤੁਹਾਡੀ ਸੈਲਰੀ ਆ ਰਹੀ ਹੈ ਠੀਕ ਹੈ ਤੇ ਵਧੀਆ ਸੈਲਰੀ ਆ ਰਹੀ ਹੈ ਤਾਂ ਦੋ ਕੰਟਰੀਆਂ ਵੀ ਤੁਸੀਂ ਟਾਰਗੇਟ ਕਰ ਸਕਦੇ ਹੋ ਬਟ ਹਾਂਜੀ ਇੱਕ ਕੰਟਰੀ ਟਾਰਗੇਟ ਕਰੋਗੇ ਤੁਹਾਡੇ ਵੀਜ਼ਾ ਸਕਸੈਸ ਰੇਟ ਹਾਈ ਹੁੰਦੇ ਨੇ ਤੇ ਉਹਨੂੰ ਵੀ ਪਤਾ ਹੁੰਦਾ ਕਿ ਬੰਦਾ ਇੱਕ ਕੰਟਰੀ ਘੁੰਮੇਗਾ ਤੇ ਐਂਡ ਉਸ ਤੋਂ ਬਾਅਦ ਵਾ ਠੀਕ ਹੈ ਆਈਟਿਨਰੀ ਤੁਹਾਡੀ ਰੈਡੀ ਹੋ ਗਈ ਤੁਸੀਂ ਜਾ ਕੇ ਜਿਹੜਾ ਸੈਂਪਲ ਵੀ ਤੁਸੀਂ ਦੇਖ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਚ ਮਿਲ ਜੇਗਾ ਐਂਡ ਉਸ ਤੋਂ ਬਾਅਦ ਤੁਹਾਡੇ ਕਵਰਿੰਗ ਲੈਟਰ ਠੀਕ ਹੈ ਜੀ ਕਵਰਿੰਗ ਲੈਟਰ ਪ੍ਰੋਪਰ ਤਰੀਕੇ ਨਾਲ ਨੂੰ ਮੈਂਟੇਨ ਕਰੋ ਇੱਕ ਪੇਜ ਦਾ ਜਾਂ ਡੇਢ ਪੇਜ ਦਾ ਬਸ ਦੈਟਸ ਇ ਠੀਕ ਹੈ ਡੇਢ ਕੁ ਪੇਜ ਤੋਂ ਜ਼ਿਆਦਾ ਨਾ ਬਣਾਓ ਕਵਰਿੰਗ ਲੈਟਰ ਦੇ ਵਿੱਚ ਆਪਾਂ ਐਮਬੈਸੀ ਵਾਲਿਆਂ ਨੂੰ ਇੱਕ ਲੈਟਰ ਆਪਾਂ ਲਿਖਣਾ ਠੀਕ ਹੈ ਐਂਡ ਵਿੱਚ ਉਹਦੇ ਪ੍ਰੋਪਰ ਤਰੀਕੇ ਨਾਲ ਲਿਖਾਂਗੇ ਕਿ ਰਿਕਵੈਸਟ ਟੂ ðiਸ ਐਮਬੈਸੀ ਠੀਕ ਹੈ ਮੇਰਾ ਪਾਸਪੋਰਟ ਨੰਬਰ ਮੇਰਾ ਨਾਮ ਠੀਕ ਹੈ ਮੈਂ ਤੁਹਾਡੀ ਕੰਟਰੀ ਨੂੰ ਟਰੈਵਲ ਕਰਨਾ ਚਾਹਨਾ ਨਾ ਠੀਕ ਹੈ ਠੀਕ ਹੈ ਮੈਂ ਤੁਹਾਡੀ ਕੰਟੀਨਿਊ ਐਕਸਪਲੋਰ ਕਰਨਾ ਆ ਚੀਜ਼ਾਂ ਨੂੰ ਠੀਕ ਹੈ ਜਿਹੜੀਆਂ ਸਲਵਾਕੀਆ ਦੇ ਵਿੱਚ ਟੂਰਿਸਟ ਪਲੇਸਿਸ ਹੈਗੇ ਨੇ ਉਹਨਾਂ ਨੂੰ ਐਕਸਪਲੋਰ ਕਰਨਾ ਹੈ ਤੇ ਜਿਹੜਾ ਤੁਹਾਡਾ ਹੋਟਲ ਹੈਗਾ ਨਾ ਉਹ ਹੋਟਲ ਦੇ ਨੀਅਰਬਾਈ ਸਰਾਊਂਡਿੰਗ ਏਰੀਆ ਦੇ ਠੀਕ ਹੈ ਤੁਹਾਡੀਆਂ ਜਿਹੜੀਆਂ ਜਿੰਨੀਆਂ ਵੀ ਟੂਰਿਸਟ ਏਰੀਆ ਹੈਗੇ ਨੇ ਉੱਥੋਂ ਦੇ ਸਰਾਊਂਡਿੰਗ ਏਰੀਆ ਦੇਖਣੇ ਆ ਤੁਸੀਂ ਇੱਕ ਹੋਰ ਗਲਤੀ ਤੁਸੀਂ ਕਰਦੇ ਹੋ ਤੁਸੀਂ 5 ਸਟਾਰ ਹੋਟਲ ਕਰ ਲਏ 7 ਸਟਾਰ ਹੋਟਲ ਕਰ ਲਏ ਨਹੀਂ ਇਹ ਗਲਤੀ ਨਹੀਂ ਕਰਨੀ ਜੀ ਤੁਸੀਂ ਨੋਰਮਲ ਹੋਟਲ ਬੁੱਕ ਕਰੋ ਨਾ ਹੀ ਬਹੁਤ ਲੈਵਲ ਡਾਊਨ ਹੋਵੇ ਤੇ ਨਾ ਹੀ ਬਹੁਤ ਹਾਈ ਹੋਵੇ ਮੀਡਲ ਲੈਵਲ ਤੇ ਜਾ ਵੀ ਬਹੁਤ ਹੈਗੇ ਨੇ ਜਿੱਥੇ ਸਾਰੇ ਫੋਰਨਰ ਰਹਿੰਦੇ ਆ ਜਿੰਨੇ ਵੀ ਫੋਰਨਰ ਹੈਗੇ ਆ ਜਿਹੜੇ ਟਰੈਵਲਰ ਨੇ ਠੀਕ ਹੈ ਟਰੈਵਲਰ ਹੀ ਟਰੈਵਲਿੰਗ ਕਰਦੇ ਰਹਿੰਦੇ ਆ ਜਾਂ ਜਿਨ੍ਹਾਂ ਨੂੰ ਘੁੰਮਣਾ ਪਸੰਦ ਆ ਤੁਸੀਂ YouTube ਤੇ ਵੀਡੀਓ ਦੇਖਦੇ ਹੋ بڑے ਫੋਰਨਰ ਜਿਹੜੇ ਘੁੰਮਦੇ ਰਹਿੰਦੇ ਆ ਉਹ ਉਹ ਥੋੜੇ 5-5 ਸਟਾਰ ਦੇ 5-5 ਸਟਾਰ ਹੋਟਲਾਂ ਦੇ ਵਿੱਚ ਠੋੜਾ ਰਹਿੰਦੇ ਆ 7 ਸਟਾਰ ਹੋਟਲਾਂ 'ਚ ਠੋੜਾ ਰਹਿੰਦੇ ਆ ਉਹ ਵੀ 3 ਸਟਾਰ ਹੋਟਲ ਦੇ ਵਿੱਚ ਜਾਂ ਹੋਸਟਲ ਪ੍ਰੇਫਰ ਕਰਦੇ ਆ ਹੋਸਟਲ 70% ਜਿੰਨੇ ਵੀ ਗੋਰੇ ਆ ਉਹ ਹੋਸਟਲ ਪ੍ਰੇਫਰ ਕਰਦੇ ਆ ਜਾਂ ਕੈਂਪਿੰਗ ਦੇ ਵਿੱਚ ਜ਼ਿਆਦਾ ਰਹਿਣਾ ਪਸੰਦ ਕਰਦੇ ਆ ਠੀਕ ਕਿਉਂਕਿ ਉੱਥੇ ਪੈਸਾ ਬਹੁਤ ਘੱਟ ਲੱਗਦਾ ਆ ਤੁਹਾਡੀ ਸਾਰੀਆਂ ਚੀਜ਼ਾਂ ਤੁਸੀਂ ਕਵ ਜਿਹੜੀ ਹੈਗੀ ਹੈ ਮੇਰੇ ਨਾਲ ਸ਼ੇਅਰ ਕਰੋ ਠੀਕ ਹੈ ਜਦੋਂ ਟਾਈਮ ਲੱਗਦਾ ਠੀਕ ਹੈ ਮੈਂ ਹਰੇਕ ਬੰਦੇ ਨੂੰ ਰਿਪਲਾਈ ਕਰਦੇ ਨਾ ਹੋਣਾ ਇੰਸਟਾਗ੍ਰਾਮ ਤੇ ਪਲੀਜ਼ ਹਾਈ ਹੈਲੋ ਦਾ ਮੈਸੇਜ ਨਾ ਕਰਿਆ ਕਰੋ ਠੀਕ ਹੈ ਮੈਨੂੰ ਨਹੀਂ ਪਤਾ ਹਾਈ ਹੈਲੋ ਨ ਕਿਉਂ ਕਰੀ ਜਾਂਦੇ ਹੋ ਤੁਸੀਂ ਆਪਣਾ ਮੇਨ ਮੋਟਿਵ ਹੈ ਕਿ ਤੁਹਾਡਾ ਜਿਹੜਾ ਕੁਸ਼ਨ ਕਲੀਅਰ ਹੋਣਾ ਚਾਹੀਦਾ ਬਸ ਪੂਰਾ ਕੁਸ਼ਨ ਲਿਖ ਦਿਓ ਭਾਜੀ ਆ ਮੇਰੀ ਕੁਐਰੀਜ਼ ਹੈ ਠੀਕ ਹੈ ਜਦੋਂ ਤੁਹਾਡੇ ਕੋਲ ਫ੍ਰੀ ਟਾਈਮ ਹੈਗਾ ਪਲੀਜ਼ ਆਨਸਰ ਦੇ ਦਿਓ ਬਸ ਇੰਸਟਾਗ੍ਰਾਮ ਦੀ ਆਈਡੀ ਵੀ ਤੁਹਾਨੂੰ ਮਿਲ ਜੇਗੀ ਵੈਬਸਾਈਟ ਵਿੱਚ ਹੈਗੀ ਹੈ ट्रैवल ਦੇ ਬਾਰੇ ਠੀਕ ਹੈ ਤੁਹਾਨੂੰ ਸਾਰੀਆਂ ਆਈਟਨਰੀਜ਼ ਵਗੈਰਾ ਮਿਲ ਜਣਗੀਆਂ ਕੰਟਰੀਜ਼ ਇਨਫੋਰਮੇਸ਼ਨ ਸਾਰੀ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈਗੀ ਹੈ ਤੇ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਬਾਕੀ ਜੌਬਸ ਦੇ ਰਿਗਾਰਡਿੰਗ ਉਹ ਵੀ ਉੱਥੇ ਮਿਲ ਜਾਂਦੀਆਂ ਨੇ ਤੁਹਾਨੂੰ ਉਹ ਵੀ ਚੈੱਕ ਆਊਟ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਵੱਧ ਤੋਂ ਵੱਧ ਜਿਹੜੇ ਹੈਗੇ ਆਪਣੇ ਭਰਾ ਨੂੰ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਆਪਾਂ ਅਪ ਟੂਡੇਟ ਹਮੇਸ਼ਾ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹਿਣੇ ਆ ਜੀ ਤੇ ਨੈਕਸਟ ਵੀਡੀਓ ਦੇ ਵਿੱਚ ਆ ਠੀਕ ਹੈ ਪੁਲਿਸ ਵਾਲਿਆਂ ਨੇ ਫੜ ਲਿਆ ਲੋਕਾਂ ਨੂੰ ਇੱਥੇ ਇੰਨੀ ਕੁ ਜ਼ਿਆਦਾ ਸਖਤਾਈ ਹੋਈ ਪਈ ਹੈ ਤੇ ਪੰਜਾਬੀ ਭਰਾਵੋ ਸੰਭਲ ਜੋ ਸੰਭਲ ਜੋ ਨਾ ਆਵੋ ਇਸ ਟਾਈਮ ਤੇ ਠੀਕ ਹੈ ਸਰਬੀਆ ਸਰਬੀਆ ਡੰਕੇ ਡੰਕਿਆ ਲਾ ਕੇ ਨਾ ਆਵੋ ਕੋਈ ਫਾਇਦਾ ਨਹੀਂ ਹੈਗਾ ਜ਼ਿੰਦਗੀ ਖਰਾਬ ਕਰੋਗੇ ਇਸ ਵੀਡੀਓ ਤੇ ਜਰੂਰ ਆਪਾਂ ਟੌਪਿਕ ਜਿਹੜੀ ਗੱਲਬਾਤ ਕਰਾਂਗੇ ਸੋ ਜ਼ਿਆਦਾ ਟਾਈਮ ਨਹੀਂ ਖਰਾਬ ਕਰਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ channel ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਠੀਕ ਹੈ ਜੀ ਕਰ ਲਓ ਕਰ ਲਓ ਕਰ ਲਓ ਹੁਣੇ ਕਰ ਲਓ ਹੁਣੇ ਕਰ ਲਓ ਠੀਕ ਹੈ ਮਿਲਦੇ ਆ ਬਾਏ ਬਾਏ ਟੇਕ ਕੇਅਰ ਯਾਰ ਲਵ ਯੂ ਸਾਰੇ ਨੂੰ ਖੁਸ਼ ਰ